बिस्मिल्लाहिर्रहमानिर्रहीम, अस्सलामुअलैकुम वारहमतुल्लाहि वबरकातुहू। उम्मीद करता हूँ कि मेरे बहन भाई साहब ठीक होंगे। अल्हम्दुलिल्लाह बहन भाई असि भी ठीक हैं। थोड़ी दुआवां ने अल्लाह पाक सब नू खुश रखे। चादवारी कर रहे हैं जी डेरे की ना, तो साड़ी दवा सी सुबह नींव भर के बना दी सी, ए भी कर रहे हैं उधर भी जाके जा बचे उधर उधर दिखा के लेके आए पहले दवा बनाई ना। ਮਸ਼ਾਅੱਲਾ ਸੜੀ ਬਿਨ ਵੀ ਦੀਵਾਰ ਅਲਹਮਦੁਲਿਲਾ ਹੋ ਗਈ ਆ ਸੜੀ ਦੀ। ਇਹ ਸੜੀ ਦੀਵਾਰ ਉੱਪਰ ਦੀਵਾਰ ਦੇਣ ਲੱਗੇ ਹਨ, ਅਤੇ ਇਸ ਤਰ੍ਹਾਂ ਡਰੰਮ ਖੜ੍ਹੇ ਕਰਕੇ ਉੱਪਰ ਗਾਡਰ ਦੋ ਰੱਖੇ ਆ, ਠੀਕ ਹੈ। ਆ ਇੱਕ ਗਾਡਰ ਹੈ, ਠੀਕ ਹੈ, ਇਹਦੇ ਉੱਪਰ ਵਿੱਚ ਮਿੱਟੀ ਪਾ ਰਹੇ ਹਾਂ ਤਾਂ ਕਿ ਇਹਦੀ ਜਿਹੜੀ ਆ ਗਾਡਰ ਦੀਆਂ ਕੰਨੀਆਂ ਨਾ ਉਹ ਪੈਰਾਂ ਵਿੱਚ ਖੁੱਭਣ ਨਾ, ਫਿਰ ਸ਼ਾਮ ਟਾਈਮ ਨਾਲ ਪੈਰ ਦਰਦ ਕਰਨ ਲੱਗ ਪੈਂਦੇ ਆ, ਠੀਕ ਹੈ। ਅਤੇ ਕੰਨੀ ਇਹਦੀ ਕੰਨੀ ਮਿੱਟੀ ਪਾ ਕੇ ਫਿਰ ਚਲੋ ਫਿਰ ਇਹਦੇ ਵਾਰਮ ਕੰਪਲੀਟ ਕਰਦੇ ਹਾਂ। ਬਾਕੀ ਸਾਡਾ ਫਿਰ ਏਰੀਆ ਕੰਪਲੀਟ ਹੋ ਗਿਆ ਗਿਆ ਚਨਾਈ ਦਾ ਇਸ ਸਾਈਡ ਦਾ, ਠੀਕ ਹੈ। ਸ਼ਾਮ ਪੈ ਗਈ ਮਸ਼ਾਅੱਲਾ ਦੇਖੋ, ਔਰ ਇੱਧਰ ਵੱਟਾਂ ਪਾ ਰਹੇ ਆ। ਅਲਹਮਦੁਲਿਲਾ ਦੇਖੋ ਕਿ ਇੱਦਾਂ ਕੰਮ ਸਲਾਹ ਹੋ ਚੁੱਕਿਆ ਸਾਡੇ ਦਾ, ਠੀਕ ਹੈ। ਇੱਧਰੋਂ ਅਸੀਂ ਦੁਬਾਰਾ ਸਟਾਰਟ ਕੀਤੀ ਸੀ ਨੀਂਦ ਤੋਂ ਲੈ ਕੇ ਮੁਕੰਮਲ ਉੱਪਰ ਵੀ 4 ਇੰਚੀ ਕੀਤੀ ਹੈ, ਠੀਕ ਹੈ। ਤਕਰੀਬਨ 6 ਫੁੱਟ ਤੱਕ 4 ਇੰਚੀ ਕੀਤੀ ਹੈ ਨੀਂਹ ਭਰ ਕੇ ਐਵਲੀ, ਇਸ ਤਰ੍ਹਾਂ ਕੰਪਲੀਟ ਹੈ ਸਾਡਾ, ਠੀਕ ਹੈ। ਔਰ ਉਸ ਵਾਸਤੇ ਜਿਹੜੇ ਇਸ ਸਾਹਮਣੇ ਪਿੱਲਰ ਬਣਾਏ ਆ, ਇਹ ਪਿੱਲਰ ਬਣਾਏ ਆ ਗਡਰਾਂ ਵਾਸਤੇ, ਇੱਥੇ ਗਡਰ ਆਉਣਗੇ। ਇੱਧਰ ਵੀ ਇਹ ਟੁੱਟਾ ਥੋੜ੍ਹਾ ਜਿਹਾ ਯਾਨੀ ਕਿ 8 ਵਾਰੀ ਦੇ ਉੱਪਰ ਹੋਰ ਆਉਣਗੇ, ਔਰ ਇੱਧਰ ਵੀ ਉਸ ਸਾਈਡ ਤੋਂ ਵੀ ਇਸ ਕਮਰੇ ਦੀ ਦਵਾ ਸਿਹਤ ਨੂੰ ਨਾ ਇਸ ਤਰ੍ਹਾਂ ਦੀਵਾਰ ਬਣੇਗੀ, ਠੀਕ ਹੈ। ਯਾਨੀ ਕਿ ਇਹਦੇ ਉੱਪਰ ਗਡਰ ਆਉਣਗੇ ਸਾਹਮਣੇ ਸਾਈਡ 'ਤੇ ਪਿੱਲਰ ਆਣ ਕੇ ਇਸ ਦਾੜੇ ਹਿਸਾਬ ਨਾਲ, ਕੇਵਲ ਦਾੜਾ ਨਾ ਇਹਦੇ ਹਿਸਾਬ ਨਾਲ ਨਾ ਪਿੱਲਰ ਆਉਣਗੇ ਇੱਥੇ ਇਸ ਜਗ੍ਹਾ 'ਤੇ ਪਿੱਲਰ ਆ ਕੇ ਫਿਰ ਇਹਨਾਂ ਉੱਪਰ ਇਹ ਵਾਲੇ ਗਡਰ ਆ ਜਾਣਗੇ, ਠੀਕ ਹੈ ਇਸ ਸਾਈਡ ਤੋਂ। ਅਤੇ ਇਹ ਬਣਜੂ ਬਰਾਮਦਾ, ਇਹਦੇ ਵਿੱਚ ਇਹ ਹਵਾਦਾਰ ਵੀ ਹੋਏਗਾ, ਇਸ ਤਰ੍ਹਾਂ ਆਹ ਚੀਜ਼ਾਂ ਖੁੱਲ੍ਹੀਆਂ ਰਹਿਣਗੀਆਂ। ਸਰਦੀਆਂ ਨੂੰ ਅੱਗੇ ਗੱਟੂ ਵਗੈਰਾ ਜਾਂ ਕੋਈ ਚੀਜ਼ ਚਿੱਕਾਂ ਵਗੈਰਾ ਲਾ ਕੇ ਬੰਦ ਕਰ ਲਿਆ ਕਰਨਗੇ, ਅਤੇ ਗਰਮੀਆਂ ਨੂੰ ਇਹਨੂੰ ਖੋਲ੍ਹਦਿਆ ਕਰਨਗੇ, ਠੀਕ ਹੈ। ਇਸ ਤਰ੍ਹਾਂ ਇਸਤੇਮਾਲ ਹੋਏਗਾ, ਠੀਕ ਹੈ, ਕਿਉਂਕਿ ਇਹ ਡੇਰੇਦਾਰੀ ਹੈ, ਡੇਰੇਦਾਰੀ 'ਚ ਜਿਸ ਤਰ੍ਹਾਂ ਮਾਲਕ ਆਖ ਨੂੰ ਫਿਰ ਉਸ ਨਹੀਂ ਕੰਮ ਹੁੰਦਾ ਹੁੰਦਾ ਵਾ। ਬਾਕੀ ਅਸੀਂ ਆਪਣੀ ਮਰਜ਼ੀ ਨਾਲ ਖਾਸ ਤੌਰ 'ਤੇ ਇੱਥੇ ਕੰਮ ਬਿਲਕੁਲ ਨਹੀਂ ਕਰਦੇ, ਇੱਥੇ ਜਿਸ ਤਰ੍ਹਾਂ ਮਾਲਕ ਆਖ ਅਸੀਂ ਉਸ ਨਹੀਂ ਕੰਮ ਕਰਦੇ। ਇਹ ਦੇਖਣ ਪਿੱਲਰ ਹੋ ਗਿਆ ਵਾ, ਨਾਲ ਹੀ ਪਿੱਲਰ ਬਣਾ ਦਿੱਤਾ ਤੋਂ ਪੈਰ 'ਚ ਲੈ ਕੇ ਨਾ ਉੱਪਰ ਤੱਕ ਪਿੱਲਰ ਬਣਾ ਦਿੱਤਾ ਵਾ, ਠੀਕ ਹੈ। ਤਾਂ ਕਿ ਕੋਈ ਮਸਲਾ ਮਸਾਇਲ ਯਾਨੀ ਕਿ ਗਾਡਰ ਉੱਪਰ ਯਾਨੀ ਗਾਡਰ ਜਿਹੜਾ ਵਾ 9 ਇੰਚੀ ਉੱਤੇ ਆਵੇ, ਬਾਕੀ ਵਿੱਚ ਸਾਰੇ ਉੱਪਰ ਦੇ ਜਿਹੜੇ 4 ਇੰਚੀ ਦੇ, ਠੀਕ ਹੈ।
ਅਤੇ ਔਰ ਇਸ ਸਾਈਡ ਦਾ ਵੀ ਜਿਹੜਾ ਫੁੱਲ ਨਾਲ ਹੀ ਬਣਾ ਰਹੇ ਆ, ਕਿਉਂਕਿ ਇਹ ਦੀਵਾਰ ਇਸ ਤਰ੍ਹਾਂ ਸਿੱਧੀ ਹੋ ਜਾਏਗੀ ਇਸ ਸਾਈਡ ਨੂੰ। ਇਹ ਟਾਹਲੀ ਇਹਨਾਂ ਕੋਲ ਵੱਲੋਂ ਪਟਵਾ ਦਾਂਗੇ, ਠੀਕ ਹੈ। ਔਰ ਉਹ ਦੇਖੋ ਸਾਹਮਣੇ ਬਾਈ ਜਿਹੜਾ ਵਾ ਉਹ ਕਰ ਰਿਹਾ ਦੂਸਰਾ, ਇਹ ਵੱਟਾਂ ਪਾ ਰਿਹਾ ਵਾ ਦਵਾ ਗੱਡੀ ਦੀ ਮਦਦ ਨਾਲ, ਨਾ ਟਰੈਕਟਰ ਦੀ ਮਦਦ ਨਾਲ ਵੱਟਾਂ ਪਾਉਣ ਦਿਆ ਹੋਇਆ ਵਾ, ਠੀਕ ਹੈ। ਪਹਿਲੇ ਬਾਈ ਇਸ ਸਾਈਡ 'ਤੇ ਪਾ ਕੇ ਆਇਆ ਵਾ, ਇਹ ਇੱਧਰ ਹੈ ਸਾਹਮਣੇ, ਉਹ ਸਾਹਮਣੇ ਤਿਲ ਗਏ ਤਿਲਾਂ ਦੇ ਕੋਲ ਵੱਟਾਂ ਪਾ ਕੇ ਆਇਆ, ਠੀਕ ਹੈ। ਅਤੇ ਹੁਣ ਇਸ ਸਾਈਡ 'ਤੇ ਪਾ ਕੇ ਆਇਆ ਵਾ, ਹੁਣ ਇਸ ਸਾਈਡ 'ਤੇ ਪਾਉਣ ਦਿਆ ਹੋਇਆ, ਠੀਕ ਹੈ। ਅਤੇ ਬਾਈ ਕਿੰਨੇ ਵਾਰ ਰਹਿ ਗਏ ਆ? ਇਸ ਤੋਂ ਇਲਾਵਾ ਚਾਰ ਵਾਰ ਮੌਕਿਆਂ ਤੇ। ਹਾਂਜੀ, ਕੋਈ ਵੀ ਮਾਲਕ ਆ ਵੀ ਉਹਦੀ ਪੁੱਛਦਾ ਸੀ ਨਾ ਆਵੇ, ਆਪਣੀ ਮਰਜ਼ੀ ਇਨਸਾਨ ਆਪਣੀ ਮਰਜ਼ੀ ਨਾਲ ਹੀ, ਮਾਲਕ ਦੀ ਮਰਜ਼ੀ ਨਾਲ ਕੰਮ ਕਰੋ, ਠੀਕ ਹੈ। ਇਹ ਫਿਰ ਬੰਦੇ ਦੀ ਬੱਚਤ ਹੋ ਜਾਂਦੀ ਹੈ। ਮੈਂ ਹੋਰ ਲਾ ਲਾਂਗਾ, ਬਿਲਕੁਲ ਹੋਰ ਲਾ ਲਾਂਗਾ। ਇਸੇ ਤਰ੍ਹਾਂ ਹੀ ਜਾਣੀ ਕਿ ਗੱਲ ਕਈ ਸਟੈਪਾਂ ਤੇ ਜਾਂਦੀ ਹੈ, ਜਾਂ ਜਾਣੀ ਕਿ ਇਹੀ ਚੀਜ਼ ਸਮਝਦਾਰੀ ਦੀ ਹੁੰਦੀ, ਬਿਲਕੁਲ ਬਿਲਕੁਲ। ਮਾਲਕ ਮਾਲਕ ਹੀ ਹੁੰਦਾ, ਕੋਈ ਵੀ ਹੈ ਸੁਣਨੀ ਪੈਂਦੀ, ਉਹਦੇ ਮਸ਼ਵਰੇ ਨਾਲ ਸਲਾਹ ਨਾਲ ਇਨਸਾਨ ਨੂੰ ਚੱਲਣਾ ਚਾਹੀਦਾ ਤਾਂ ਜਾ ਕੇ ਜਾਣੀ ਕਿ ਟਾਈਮ ਪਾਸ ਹੁੰਦਾ, ਟਾਈਮ ਪਾਸ ਮਿਲ ਕੇ ਹੋਰ ਪਿਆਰ ਮੁਹੱਬਤ ਨਾਲ, ਬਿਲਕੁਲ। ਹਾਂਜੀ, ਓਕੇ ਹੋ ਗਿਆ। ਹਾਂਜੀ ਓਕੇ, ਲਾਫ ਨੇ ਇਹਦੇ ਲਈ ਥੜੀ ਨਹੀਂ ਭਰੀਏ, ਇਹ ਸਾਡਾ ਮਾਲਕ ਹੈ ਸਭ ਨੇ ਖੜਾ, ਜਿਹੜਾ ਸਾਡਾ ਹੈਲਪ ਨਾਲ ਸਾਡੇ ਹੈਲਪ ਵੀ ਕਰਾ ਰਿਹਾ ਵਾ, ਠੀਕ ਹੈ। ਅਤੇ ਉਸ ਬਾਅਦ ਇੱਧਰ ਜਿਹੜੇ ਸਾਡੇ ਨਾਲ ਲੇਬਰ ਆ ਉਹ ਵੀ ਨਾਲ ਕੰਮ ਕਰਾ ਰਹੀ ਹੈ। ਦੇਖੋ ਵਾਸ਼ਿੰਗ ਦੀ ਦਵਾ ਕੱਲ੍ਹ ਆਣ ਕੇ ਇਨਸ਼ਾਅੱਲਾ ਛੱਤ ਪਾਵਾਂਗੇ ਇਹਦੀ, ਅਤੇ ਥਲੋ ਇਹਦੀ ਸੀਟ ਵਗੈਰਾ ਲਗਾ ਕੇ ਇਹਦਾ ਫਰਸ਼ ਸਾਰਾ ਬਣਾਵਾਂਗੇ। ਚੰਦ ਵੀ ਨਿਕਲਿਆ ਹੈ, ਠੀਕ ਹੈ। ਅਤੇ ਇੱਧਰ ਹੋ ਗਿਆ ਐਂਡ, ਕੰਮ ਦਾ ਐਂਡ ਹੋ ਗਿਆ, ਠੀਕ ਹੈ। ਮੇਰਾ ਵੀ ਕਾਫੀ ਹੋ ਚੁੱਕਿਆ, ਠੀਕ ਹੈ। ਅਤੇ ਇੱਧਰ ਉਹ ਕੰਮ ਕਰਨ ਤੋਂ ਬਾਅਦ ਇੱਧਰ ਇਸ ਕਮਰੇ ਦੀ ਅਸੀਂ ਨੀਂਹ ਭਰਤੀ ਵਾਲੀ, ਠੀਕ ਹੈ, ਨੀਂਹ ਭਰਾਈ ਹੋ ਗਈ ਹੈ। ਬਾਕੀ ਇਨਸ਼ਾ ਅੱਲਾ ਕੱਲ੍ਹ ਨੂੰ ਲਪਾ ਕਰਕੇ ਜੀ ਬੈਨ ਬੀ ਅਲਹਮਦੁਲਿਲਾ, ਕੰਮ ਸਾਡਾ ਹੋ ਗਿਆ ਫਾਈਨਲ, ਅਤੇ ਸ਼ਾਮ ਸਾਨੂੰ ਇੱਥੇ ਪੈ ਚੁੱਕੀ ਹੈ ਇਸ ਕੰਮ 'ਤੇ, ਠੀਕ ਹੈ। ਅਤੇ ਕੰਮ ਸਾਡਾ ਹੋ ਗਿਆ ਫਾਈਨਲ, ਜਿਹੜੀ ਨਾਲ ਦੀ ਕਮਰੇ ਨਹੀਂ ਉਹ ਵੀ ਅਸੀਂ ਭਰ ਦਿੱਤੀ ਅਲਹਮਦੁਲਿਲਾ। ਅਤੇ ਮੈਂ ਉਮੀਦ ਕਰਾਂਗਾ ਮੇਰੀ ਬੰਦਗੀ ਨੂੰ ਸਾਡਾ ਵਲੋਗ ਬਣਾਇਆ ਪਸੰਦ ਆਏਗਾ, ਅਗਰ ਮੇਰੀ ਬੰਦਗੀ ਨੂੰ ਸਾਡੀ ਵੀਡੀਓ ਬਣੀ ਹੋਈ ਚੰਗੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਆਪਣੀ ਦੁਆਵਾਂ ਸਾਨੂੰ ਬਹੁਤ ਸਾਰਾ ਯਾਦ ਰੱਖਿਓ, ਅਸੀਂ ਆਪਣੀ ਦੁਆਵਾਂ ਵਿੱਚ ਬੰਦਗੀ ਨੂੰ ਯਾਦ ਰੱਖਾਂਗੇ। ਅੱਲਾ ਪਾਕ ਮੇਰੀ ਸਭ ਹੀ ਬੰਦਗੀ ਨੂੰ ਆਪਣੇ ਸਮਝ ਰੱਖੇ, ਤੰਦਰੁਸਤੀ ਦੇਵੇ, ਸੇਧ ਦੇਵੇ, ਆਮੀਨ ਸੁਮਾਮੀਨ। ਚਾਹੁੰਦੇ ਇਜਾਜ਼ਤ, ਅੱਲਾ ਪਾਕ ਦੇ ਵਾਲੇ, ਅੱਲਾ ਹਾਫਿਜ਼।